1997 ਐਜ਼ ਅ ਕੈਜੂਅਲ ਇੰਪਲਾਈ ਐਚਪੀਸੀਐਲ 'ਚ ਕੰਮ ਕੀਤਾ। ਉਹਨਾਂ ਨੇ ਮੇਰੀ ਮਿਹਨਤ ਲਗਨ ਦੇਖ ਕੇ ਉਹਨਾਂ ਨੇ ਮੈਨੂੰ ਵੈਂਡਰ ਬਣਾਇਆ 1999 'ਚ, ਅਤੇ ਮੈਂ ਆਪਣੀ ਫਰਮ ਇੱਕ ਡਾਬਰਾ ਕੰਸਟਰਕਸ਼ਨ ਕੰਪਨੀ ਕਰਕੇ ਆਪਣੀ ਫਰਮ ਬਣਾਈ 1999 'ਚ। ਫਿਰ ਉਸ ਤੋਂ ਬਾਅਦ ਮੈਂ ਆਪਣਾ ਪਹਿਲਾਂ ਡਿਪੂ 'ਚ ਕੰਮ ਸ਼ੁਰੂ ਕੀਤਾ, ਅਤੇ ਨਾਲ ਨਾਲ ਮੈਨੂੰ ਰਿਫੈਂਡਰੀ ਦਾ ਵੀ ਵੈਂਡਰ ਬਣਾਇਆ ਗਿਆ ਰਿਫੈਂਡਰੀ ਵਾਲਾ ਨੇ। ਉਸ ਤੋਂ ਬਾਅਦ ਮੈਂ ਆਪਣੇ ਹੌਲੀ ਹੌਲੀ ਕਰਕੇ ਪੰਪਾਂ ਦਾ ਕੰਸਟਰਕਸ਼ਨ ਸ਼ੁਰੂ ਕੀਤੀ ਪੰਜਾਬ ਹਰਿਆਣਾ। ਮੈਂ ਅੱਜ ਵੀ ਉਸ 'ਤੇ ਕੰਮ ਕਰ ਰਿਹਾ। ਇੱਕ ਅਸੀਂ ਪ੍ਰਾਈਵੇਟ ਵੀ ਕੰਸਟਰਕਸ਼ਨ ਕਰ ਰਹੇ ਹਾਂ, ਅਤੇ ਅੱਜ ਸਾਡੀ ਪਰਫੋਰਮੈਂਸ ਪੂਰੀ ਸਹੀ ਹੈ, ਜਿਹਦੇ ਵਿੱਚ ਅਸੀਂ 14 ਤੋਂ 15 ਕਰੋੜ ਦਾ ਕੰਮ ਟਰਨਓਵਰ ਕਰ ਰਹੇ। ਮੈਂ ਸੁਬਹਾ 8 ਵਜੇ ਸਾਈਟ 'ਤੇ ਆਤਾ ਹੂੰ, ਦੇਖਤਾ ਹੂੰ ਯਹਾਂ ਲੜਕੇ ਕਾਮ ਕੁਮ ਕਿਆ ਕਰ ਰਹੇ ਹੈ, ਔਰ ਉਨਕੋ ਕਾਮ ਕਾ ਸਮਝਾ ਕੇ ਜਾਤਾ ਹੂੰ। ਠੀਕ ਹੈ, ਉਨਕੋ ਬੋਲਤਾ ਹੂੰ ਵੀ ਆਜ ਮੇਰੇ ਕੋ ਯੇ ਟਾਰਗੇਟਸ ਕੰਪਲੀਟ ਚਾਹੀਏ। ਫਿਰ ਮੈਂ ਪੁੱਛਤਾ ਹੂੰ ਕਿਉਂਕਿ ਸਮਾਨ ਸੁਨ ਚਾਹੀਏ ਕਿਆ ਨਹੀਂ ਚਾਹੀਏ, ਉਸਕਾ ਬਾਰ ਚਾਰਟ ਮੈਂ ਦੇਖਤਾ ਹੂੰ, ਆਪ ਬਾਰ ਚਾਰਟ ਕੇ ਹਿਸਾਬ ਸੇ ਕਾਮ ਹੋ ਰਹਾ ਹੈ ਯਾ ਨਹੀਂ ਹੋ ਰਹਾ। ਫਿਰ ਉਨ੍ਹੋਂਨੇ ਸਮਾਨ ਕੀ ਜੋ ਲਿਸਟ ਦੇਤੇ ਹੈ ਆਪਣੇ ਆਫਿਸ ਮੈਂ ਫੋਨ ਕਰਕੇ ਪਰਚੇਜ ਕਰਤਾ ਹੂੰ ਸਮਾਨ ਕੋ, ਔਰ ਸ਼ਾਮ ਕੋ ਫਿਰ ਦੇਖਤਾ ਹੂੰ ਵੀ ਉਨ੍ਹੋਂਨੇ ਆਜ ਕਾਮ ਕੋ ਕਿਆ ਕੀਆ ਹੈ। ਅਗਰ ਉਨ੍ਹੋਂਨੇ ਕੰਪਲੀਟ ਨਹੀਂ ਕੀਆ ਤੋ ਕੋਸ਼ਿਸ਼ ਕਰਤਾ ਹੂੰ ਵੀ ਆਜ ਰਾਤ ਤੱਕ ਯੇ ਕੰਪਲੀਟ ਹੋ, ਔਰ ਉਸ ਹਿਸਾਬ ਸੇ ਹਮ ਆਪਣੇ ਕਾਮ ਕੋ ਆਗੇ ਬਢਾ ਰਹੇ ਹੈ। ਮੇਰਾ ਸਿਰਵਿਲਾ ਸੇ ਯਾਦਵ ਨਾਮ ਹੈ ਜੀ, ਮਨੋਜ ਜੀ ਕੇ ਪਾਸ ਕਾਮ ਕਰਤੇ ਹੈ, 4 ਸਾਲ ਹੋ ਗਿਆ ਜੀ, ਕੋਈ ਦਿੱਕਤ ਨਹੀਂ ਆਤਾ ਹੈ, ਕੋਈ ਦਿੱਕਤ ਆਤਾ ਹੈ ਤੋ ਸਾਥ ਦੇਤੇ ਹੈ। ਡਬਰਾ ਕੰਪਨੀ ਸੇ ਮਿਲਤਾ ਹੈ ਹੈਲਮੇਟ ਜੂਤਾ, ਜੋ ਚੋਟ ਵੋਟ ਸੇ ਬਚਤ ਕੇ ਲੀਏ ਸਰ, ਔਰ ਕੋਈ ਵੀ ਸੁਰੱਖਿਆ ਕੇ ਲੀਏ ਹਮਕੋ ਕੋਈ ਪ੍ਰੋਬਲਮ ਹੋਤਾ ਹੈ ਤੋ ਮਦਦ ਕਰਤੇ ਹੈ। ਮੇਰਾ ਨਾਮ ਸੰਤੋਸ਼ ਹੈ ਜੀ, ਇਹ ਕੰਪਨੀ ਮੈਂ ਕਾਮ ਕਰਤਾ ਹੈ ਜੀ, ਔਰ ਟਾਈਮ 'ਤੇ ਪੈਸਾ ਕੰਪਨੀ ਵਾਲਾ ਦੇ ਦਿੱਤਾ ਹੈ ਜੀ, ਔਰ ਜੇ ਔਰਤ ਜੋ ਅਗਜਲਾ ਹੋਣੇ ਵਾਲਾ ਹੈ ਉਸਕੋ ਛੁੱਟੀ ਵੀ ਦੇ ਦਿੱਤਾ ਹੈ, ਔਰ ਕੰਪਨੀ ਧਿਆਨ ਵੀ ਰੱਖਤਾ ਹੈ ਹਮ ਲੋਕ ਕੇ। ਮੈਂ ਰਾਹੁਲ ਜੈਸਵਾਲ ਡਾਬਰਾ ਕੰਸਟਰਕਸ਼ਨ ਕੰਪਨੀ ਵਿੱਚ ਪਿਛਲੇ 3.5 ਸਾਲ ਤੋਂ ਕੰਮ ਕਰ ਰਿਹਾ, ਐਜ਼ ਹੈ ਸਾਈਟ ਇੰਜੀਨੀਅਰ ਕੰਮ ਕਰ ਰਿਹਾ। ਮੇਰਾ ਜਿਹੜਾ ਕੰਮ ਹੈ, ਮੈਂ ਸਭ ਨੂੰ ਮੈਨੇਜ ਕਰਨਾ ਹੁੰਦਾ ਗਾ, ਸਭ ਦੇ ਹੈਲਥ ਦੇਖਣਾ ਹੁੰਦਾ ਗਾ, ਸੇਫਟੀ ਦੇਖਣੀ ਹੁੰਦੀ ਹੈ, ਜਿਹਦੇ ਵਿੱਚ ਸਾਡੇ ਓਨਰ ਮਨੋਜ ਕੁਮਾਰ ਜੀ ਪੂਰੀ ਹੈਲਪ ਕਰਦੇ ਹੈ। ਇੱਥੇ ਸਾਡਾ ਪੈਟਰੋਲ ਪੰਪ ਐਚ ਪੀ ਦਾ ਕੰਮ ਚੱਲ ਰਿਹਾ ਹੈ, ਇਹਦੇ ਨਾਲ ਹੀ ਸਾਡੀ ਦੂਜੀ ਸਾਈਡ ਆਈ ਓ ਸੀ ਐਲ ਦਾ ਵੀ ਪੰਪ ਦਾ ਕੰਮ ਚੱਲ ਰਿਹਾ, ਅਤੇ ਜਿਹੜੇ ਸਾਡੇ ਕੰਟਰੈਕਟਰ ਹੈ ਹੋਰ ਵੀ ਉਹ ਮਤਲਬ ਸਿਵਿਲ ਵਰਕ ਦੇ ਕੰਟਰੈਕਟ ਡੀਲ ਕਰਦੇ ਆ ਜੀ। ਮੈਨੂੰ ਲਗਭਗ 17 ਤੋਂ 18 ਸਾਲ ਹੋ ਗਏ, ਅਤੇ ਮੈਂ ਐਚ ਪੀ ਸੀ ਐਲ, ਐਚ ਐਮ ਈ ਐਲ, ਆਈ ਯੂ ਸੀ ਐਲ ਅਤੇ ਐੱਮ ਈ ਐੱਸ ਦਾ ਵੀ ਰਜਿਸਟਰ ਕੰਟਰੈਕਟਰ ਹਾਂ, ਅਤੇ ਅਸੀਂ ਇਹ ਚਾਰੇ ਕੰਪਨੀਆਂ ਨਾਲ ਕੰਮ ਵੀ ਕਰ ਰਹੇ ਹਾਂ, ਅਸੀਂ ਕੁਛ ਪ੍ਰਾਈਵੇਟ ਕੰਮ ਵੀ ਕਰ ਦਿੰਦੇ ਹਾਂ, ਅਸੀਂ ਆਪਣੇ ਕੰਮ ਟਾਈਮਲੀ ਕੰਮ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਮੇਰਾ ਨਾਮ ਸਮੀਰ ਸ਼ਰਮਾ ਹੈ, ਮੈਂ ਇੱਕ ਮਾਰਕੀਟਿੰਗ ਔਰ ਸਿਸਟਮਸ ਦਾ ਕੰਸਲਟੈਂਟ ਹੂੰ, ਔਰ ਮੈਂ ਪਿਛਲੇ ਕੁਛ ਟਾਈਮ ਸੇ ਡਾਬਰਾ ਕੰਸਟਰਕਸ਼ਨ ਕੰਪਨੀ ਕੇ ਸਾਥ ਜੁੜਾ ਹੂਆ ਹੂੰ। ਔਰ ਇੱਕ ਮੇਨ ਕਾਰਨ ਇਸ ਕੰਪਨੀ ਸੇ ਜੁੜਨੇ ਕਾ ਯਹੀ ਥਾ ਕਿ ਇੱਕ ਬੜੀ ਪ੍ਰੋਗਰੈਸਿਵ ਕੰਪਨੀ ਹੈ, ਜਿਨਕੇ ਟਾਰਗੇਟਸ ਔਰ ਵਿਜ਼ਨ ਬੜੇ ਕਲੀਅਰ ਹੈ, ਔਰ ਜੋ ਅਗਲੇ ਆਉਣ ਵਾਲੇ ਟਾਈਮ ਮੈਂ ਪੰਜਾਬ ਕੀ ਨੰਬਰ 1 ਕੰਪਨੀ ਬਣਨਾ ਚਾਹਤੀ ਹੈ, ਔਰ ਪੈਨ ਇੰਡੀਆ ਆਪਰੇਸ਼ਨ ਚਾਹਤੀ ਹੈ। ਇੱਕ ਔਰ ਬੜਾ ਅੱਛਾ ਪੋਜੀਟਿਵ ਪੁਆਇੰਟ ਇਸ ਕੰਪਨੀ ਕੇ ਲਈ ਲਗਾ ਹੈ ਕਿ ਮੈਨੇ ਡਾਬਰਾ ਜੀ ਜੋ ਹੈ ਆਪਣੇ ਇੰਪਲੋਈਜ਼ ਕੋ ਸੇਫਟੀ ਕੋ ਲੈ ਕੇ ਬਹੁਤ ਕੰਸਰਨ ਹੈ, ਔਰ ਇਹ ਇੱਕ ਬਹੁਤ ਪੋਜੀਟਿਵ ਚੀਜ਼ ਹੈ ਜੋ ਕਿਸੀ ਵੀ ਇੰਪਲੋਈ ਇੰਪਲੋਇਰ ਕੇ ਅੰਦਰ ਹੋਣੀ ਚਾਹੀਏ ਕਿ ਆਪਣੇ ਇੰਪਲੋਈਜ਼ ਕੀ ਸੇਫਟੀ ਔਰ ਜੋ ਨੀਡਸ ਹੈ ਉਨਕੋ ਬਹੁਤ ਟੇਕ ਕੇਅਰ ਕਰਤੇ ਹੈ। ਔਰ ਜੋ ਸਭਸੇ ਅੱਛੀ ਬਾਤ ਇਹ ਹੈ ਕਿ ਅਗਰ ਹਮ ਇਨਕੋ ਕੋਈ ਵੀ ਆਪਣਾ ਕੰਸਲਟੈਂਸੀ ਦੇਤੇ ਹੈ ਜਾਂ ਇਨਕੋ ਕੋਈ ਵੀ ਹਮ ਆਪਣੇ ਐਡਵਾਈਸ ਦੇਤੇ ਹੈ, ਇਹ ਉਸਕੋ ਸੀਰੀਅਸਲੀ ਲੈ ਕੇ ਉਸਕੋ ਇੰਪਲੀਮੈਂਟ ਕਰਤੇ ਹੈ। ਸਭਸੇ ਇੰਪੋਰਟੈਂਟ ਬਾਤ ਇੱਕ ਕਲਾਇੰਟ ਮੇਂ ਯਹੀ ਹੋਣੀ ਚਾਹੀਏ ਕਿ ਅਗਰ ਆਪ ਕੋਈ ਉਨਕੋ ਐਡਵਾਈਸ ਦੇ ਰਹੇ ਹੋ ਔਰ ਵੋ ਉਸਕੋ ਇੰਪਲੀਮੈਂਟ ਕਰ ਰਹੇ ਹੈ। ਤੋ ਮੇਰਾ ਇਸ ਕੰਪਨੀ ਸਾਥ ਜੁੜਨੇ ਕਾ ਰੀਜ਼ਨ ਵੀ ਇਹੀ ਹੈ, ਔਰ ਮੈਨੂੰ ਲੱਗ ਰਿਹਾ ਹੈ ਔਰ ਮੈਂ ਬਹੁਤ ਸ਼ਿਓਰ ਹੂੰ ਕਿ ਇਹ ਜੋ ਇਨਕਾ ਵਿਜ਼ਨ ਹੈ ਇਹ ਬਹੁਤ ਜਲਦੀ ਇਸਕੋ ਅਚੀਵ ਕਰ ਲੇਂਗੇ। ਸਾਡੀ ਕੰਪਨੀ ਦਾ ਵਿਜ਼ਨ ਇਹ ਹੈ ਵੀ ਅਸੀਂ ਇਹਨੂੰ ਪੰਜਾਬ ਦੀ ਨੰਬਰ 1 ਕੰਪਨੀ ਬਣਾਈਏ, ਅਤੇ ਅਸੀਂ ਇਹਨੂੰ ਆਪਣੀ ਮਿਹਨਤ ਨਾਲ ਅਤੇ ਲਗਨ ਨਾਲ ਅਤੇ ਆਪਣੇ ਟੀਮ ਵਰਕ ਨਾਲ ਅਸੀਂ ਆਪਣਾ ਵਿਜ਼ਨ ਕੰਪਲੀਟ ਕਰ ਲਾਂਗੇ।